ਅਸਲਾਮ ਅਲੈਕੁਮ। ਅੱਜ ਇੱਥੇ ਸਾਡੇ ਨਾਲ ਸਨੀ ਗਿੱਲ ਮਸੀਹ ਸਾਹਿਬ ਮੌਜੂਦ ਨੇ। ਇਹ ਵੈਸੇ ਅਮਰੀਕਾ ਦੇ ਵਿੱਚ ਹੁੰਦੇ ਨੇ, ਮਤਲਬ ਹੈ ਪਾਕਿਸਤਾਨੀ ਨੇ, ਲੇਕਿਨ ਕੁਛ ਅਰਸੇ ਤੋਂ ਜਿਹੜਾ ਨਾ ਉੱਥੇ ਸੈਟਲ ਨੇ। ਅਤੇ ਇਹ ਨਾ ਇੱਕ ਬੜੀ, ਮੈਂ ਇਹਨਾਂ ਨੂੰ ਕੁਛ ਸੋਸ਼ਲ ਮੀਡੀਆ 'ਤੇ ਕੁਛ ਇੰਟਰਨੈਟ 'ਤੇ ਦੇਖਿਆ ਅਤੇ ਬੜੀ ਮੈਨੂੰ ਖੁਸ਼ੀ ਵੀ ਹੋਈ ਔਰ ਮੈਂ ਬੜਾ ਮੁਤਾਸਰ ਹੋਇਆ ਕਿ ਇਹਨਾਂ ਨੇ ਇੱਕ ਪਾਕਿਸਤਾਨੀ ਹੁੰਦੇ ਹੋਏ ਬਾਹਰ ਜਾ ਕੇ, ਅਮਰੀਕਾ ਦੇ ਵਿੱਚ ਜਾ ਕੇ ਆਪਣਾ ਸ਼ੋਬਿਜ਼ ਦੇ ਹਵਾਲੇ ਨਾਲ ਉੱਥੇ ਬੜਾ ਆਪਣਾ ਇੱਕ ਨਾਮ ਬਣਾਇਆ, ਬੜੀ ਇੱਕ ਇੱਜ਼ਤ ਕਮਾਈ ਔਰ ਫਿਰ ਇਹਨਾਂ ਨੇ ਆਪਣੀ ਜਿਹੜੀ ਮਸੀਹੀ ਇਬਾਦਤ ਦਾ ਜਿਹੜਾ ਸਿਲਸਿਲਾ ਆ ਉੱਥੇ ਵੀ ਜਾਰੀ ਰੱਖਿਆ। ਫਿਰ ਜਿਹੜੇ ਮਸੀਹੀ ਗੀਤ ਸੀ ਉਹਨਾਂ ਨੂੰ ਵੀ ਇਹਨਾਂ ਨੇ ਉੱਥੇ ਪ੍ਰੋਡਿਊਸ ਕੀਤਾ, ਉਸ ਹਵਾਲੇ ਦੇ ਨਾਲ ਬਹੁਤ ਜ਼ਿਆਦਾ ਉੱਥੇ ਐਕਟਿਵ ਰਹੇ। ਇਹਨਾਂ ਦਾ ਆਪਣਾ ਯੂਟਿਊਬ 'ਤੇ ਇੱਕ ਚੈਨਲ ਹੈ ਸਰੋਜ ਸਟੂਡੀਓਜ਼ ਦੇ ਨਾਂ ਤੋਂ, ਅਤੇ ਉੱਥੇ ਵੀ ਤੁਸੀਂ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਜਿਹੜੇ ਨਾ ਇਹਨਾਂ ਦੇ ਸੌਂਗਸ ਨੇ। ਅਤੇ ਦੂਜਾ ਇਹਨਾਂ ਨੂੰ ਇੱਕ ਇੱਜ਼ਤ ਮਿਲੀ ਕਿ ਬਾਲੀਵੁੱਡ ਦੇ ਬਹੁਤ ਜ਼ਿਆਦਾ ਜਿਹੜੇ ਸਟਾਰ ਸੀ ਇਹ ਉੱਥੇ ਕਾਸਟਿੰਗ ਐਜ਼ ਆ ਕਾਸਟਿੰਗ ਡਾਇਰੈਕਟਰ ਕੰਮ ਕਰ ਰਹੇ ਨੇ, ਅਤੇ ਇਹਨਾਂ ਨੇ ਬਹੁਤ ਸਾਰੇ ਫੈਸ਼ਨ ਸ਼ੋਅਜ਼ ਦੇ ਵਿੱਚ ਉਹਨਾਂ ਦੀ ਮੈਨੇਜਮੈਂਟ ਦੇ ਵਿੱਚ ਐਜ਼ ਆ ਕਾਸਟਿੰਗ ਡਾਇਰੈਕਟਰ ਕੰਮ ਕੀਤਾ। ਬਹੁਤ ਸਾਰੇ ਹਾਲੀਵੁੱਡ ਦੇ ਬਾਲੀਵੁੱਡ ਦੇ ਸਟਾਰਸ ਉੱਥੇ ਦੇ ਜਿਹੜੇ ਮਾਡਲਸ ਸੀ ਉਹਨਾਂ ਨੂੰ ਇਹਨਾਂ ਨੇ ਕਾਸਟ ਕੀਤਾ, ਬਹੁਤ ਸਾਰੇ ਇਹਨਾਂ ਨੇ ਅਵਾਰਡਸ ਵੀ ਹਾਸਿਲ ਕੀਤੇ। ਅਤੇ ਬੜਾ ਇਹਨਾਂ ਦਾ ਜਿਹੜਾ ਨਾ ਲੰਬਾ ਚੌੜਾ ਕੰਮ ਹੈ ਥੋੜ੍ਹੇ ਜਿਹੇ ਅਰਸੇ ਦੇ ਵਿੱਚ। ਅਤੇ ਬਾਕੀ ਅਸੀਂ ਜਿਹੜੀਆਂ ਨਾ ਗੱਲਾਂ ਉਹ ਸਵਾਲਾਂ ਦੀ ਸ਼ਕਲ ਦੇ ਵਿੱਚ ਕਰਾਂਗੇ ਤਾਂ ਕਿ ਮਜ਼ੀਦ ਜਿਹੜਾ ਨਾ ਇਹਨਾਂ ਕੋਲੋਂ ਹੀ ਸਾਨੂੰ ਪਤਾ ਲੱਗੇ। ਅਤੇ ਸਰ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਥੈਂਕ ਯੂ ਸੋ ਮੱਚ ਫੋਰ ਹੈਵਿੰਗ ਮੀ ਹੇਅਰ। ਅਤੇ ਬੜਾ ਅੱਛਾ ਲੱਗਾ, ਕਾਫੀ ਦੇਰ ਤੋਂ ਸਾਡੀ ਗੱਲ ਹੋ ਰਹੀ ਸੀ ਇਸ ਬਾਰੇ 'ਤੇ। ਅਤੇ ਅੱਜ ਮੈਂ ਲਾਹੌਰ ਵਿੱਚ ਹਾਂ, ਤੁਹਾਡੇ ਨਾਲ ਹਾਂ, ਤੁਹਾਡੇ ਸਟੂਡੀਓ 'ਚ ਹੈ, ਤਾਂ ਬੜਾ ਅੱਛਾ ਲੱਗ ਰਿਹਾ ਮੈਨੂੰ। ਅੱਛਾ ਜੀ, ਇੱਕ ਬੜੀ ਖੁਸ਼ੀ ਦੀ ਗੱਲ ਹੈ, ਮੈਂ ਆਪਣੇ ਇੰਟਰੋਡਕਸ਼ਨ ਦੇ ਵਿੱਚ ਵੀ ਦੱਸਿਆ ਕਿ ਤੁਸੀਂ ਉੱਥੇ ਐਜ਼ ਆ ਕਾਸਟਿੰਗ ਡਾਇਰੈਕਟਰ ਕੰਮ ਕਰ ਰਹੇ ਹੋ, ਜ਼ਰਾ ਆਪਣੇ ਕੰਮ ਦੇ ਮੁਤਲਕ ਥੋੜ੍ਹਾ ਮਜ਼ੀਦ ਦੱਸਣਾ। ਮੈਂ ਪਹਿਲਾ ਪਾਕਿਸਤਾਨੀ ਕਾਸਟਿੰਗ ਡਾਇਰੈਕਟਰ ਹਾਂ ਜਿਹੜਾ ਹਾਲੀਵੁੱਡ ਅਤੇ ਬਾਲੀਵੁੱਡ ਦੇ ਜਿਹੜੇ ਸ਼ੋਜ਼ ਨੇ ਉਹਨਾਂ ਨੂੰ, ਜਿਹੜੇ ਕੋਈ ਡਾਇਰੈਕਟਰ ਨੇ ਉਹਨਾਂ ਨੂੰ ਕੁਝ ਜੇ ਸਟਾਰ ਚਾਹੀਦੇ ਨੇ ਉਹਨਾਂ ਨੂੰ ਮੈਂ ਕਾਸਟ ਕਰਕੇ ਦਿੰਦਾ। ਉਸ ਤੋਂ ਬਾਅਦ ਫੈਸ਼ਨ ਸ਼ੋਅ ਮੈਂ ਜਿਹੜੇ ਕਰਦਾ ਉਹਦੇ ਵਿੱਚ ਜਿੰਨੇ ਵੀ ਮਾਡਲਸ ਨੇ ਉਹ ਮੈਂ ਉਹਨਾਂ ਨੂੰ ਕਾਸਟ ਕਰਕੇ ਦਿੰਦਾ। ਅੱਛਾ ਜੀ ਜੀ, ਅਤੇ ਇਹ ਬੇਸਿਕ ਮੇਰੀ ਜੋਬ ਹੈ। ਪਲੱਸ ਅਸੀਂ ਈਵੈਂਟ ਔਰਗਨਾਈਜ਼ ਵੀ ਕਰਨੇ ਹਾਂ, ਫਿਰ ਗਾਸਪਲ ਵੀ ਤੁਸੀਂ ਜੇ ਦੱਸਿਆ, ਅਤੇ ਸਾਰਾ ਕੁਝ ਕਰੀਦਾ ਇਕੱਠਾ ਹੀ। ਅੱਛਾ, ਤੁਸੀਂ ਦੱਸਿਆ ਕਿ ਤੁਸੀਂ ਮਤਲਬ ਡਿਫਰੈਂਟ, ਅਸੀਂ ਤੁਹਾਨੂੰ ਦੇਖਿਆ ਮੁਖਤਲਿਫ ਲੋਕਾਂ ਨਾਲ ਕੰਮ ਕਰਦੇ ਹੋ, ਜਿਹੜੇ ਕੋਈ ਵੱਡੇ ਵੱਡੇ ਸਟਾਰ, ਪਹਿਲੇ ਬਾਲੀਵੁੱਡ ਦੇ ਸਾਨੂੰ ਕੋਈ ਨਾਂ ਦੱਸਣਾ ਅਤੇ ਨਾਲੇ ਹਾਲੀਵੁੱਡ ਦੇ, ਉਹਨਾਂ ਦਾ ਕੋਈ ਨਾਂ ਦੱਸੋ ਜੀ। ਬਿਲਕੁਲ, ਅਮੈਰੀਕਨ ਨੈਕਸਟ ਟੌਪ ਮਾਡਲ ਬੈਂਕਾ ਗੋਲਡਨ ਫਰੋਮ ਹਾਲੀਵੁੱਡ, ਦੈਨ ਆਇਮਾ ਸ਼ਿਵਾਜ ਰਨਰ ਅਪ ਟੂ 2012 ਮਿਸ ਵਰਲਡ, ਉਹਨਾਂ ਨਾਲ ਵੀ ਮੈਂ ਕੰਮ ਕੀਤਾ। ਫਿਰ ਬਾਲੀਵੁੱਡ ਦਾ ਤਾਂ ਖੈਰ ਸਲਮਾਨ ਭਾਈ ਨੇ, ਉਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੇ ਸੈਲੀਬ੍ਰਿਟੀ ਨਿਊ ਵੀ ਨੇ ਉਹਨਾਂ ਨਾਲ ਵੀ, ਹੁਣ ਜਦੋਂ ਆਈਫਾ ਹੋਇਆ ਉਦੋਂ ਸਭ ਨਾਲ ਕੰਮ ਕੀਤਾ, ਅਤੇ ਕਾਫੀ ਰੋਜ਼ ਦਾ ਹੀ ਕੰਮ ਹੈ ਸਾਡਾ। ਅੱਛਾ, ਆਈਫਾ ਇੱਕ ਬੜਾ ਵੱਡਾ ਜਿਹੜਾ ਨਾ ਉਹ ਬਾਲੀਵੁੱਡ ਦਾ ਇਵੈਂਟ ਹੁੰਦਾ ਹੈ, ਬੜਾ ਵੱਡਾ ਇੱਕ ਸ਼ੋਅ ਹੁੰਦਾ, ਅਤੇ ਉਹ ਤੁਹਾਨੂੰ ਉੱਥੇ ਕੁਛ ਹੋਰ ਵੀ ਪਾਕਿਸਤਾਨੀ ਉਹਨਾਂ ਦੀ ਔਰਗਨਾਈਜ਼ੇਸ਼ਨ ਦੇ ਵਿੱਚ ਨਜ਼ਰ ਆਏ? ਮੇਰਾ ਖਿਆਲ ਹੈ ਕਿ ਕੁਝ ਹੋਣਗੇ, ਲੇਕਿਨ ਮੇਰਾ ਕਿਸੇ ਨਾਲ ਉੱਥੇ ਮੈਂ ਵੇਖਿਆ ਨਹੀਂ ਕਿਸੇ ਨੂੰ, ਲੇਕਿਨ ਇਹ ਕਿ ਮੈਨੂੰ ਓਨਰ ਸੀ ਕਿ ਮੈਂ ਬੈਕ ਸਟੇਜ 'ਤੇ ਕੰਮ ਕਰ ਰਿਹਾ ਸਾਈਫਾ ਦੇ ਨਾਲ। ਚਲੋ ਜੀ, ਬਹੁਤ ਅੱਛੀ ਗੱਲ ਹੈ। ਅਤੇ ਬਹਰਹਾਲ ਉੱਥੇ ਵੀ ਮਤਲਬ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਵੀ ਇੱਕ ਪ੍ਰੈਜੈਂਸ ਇੱਕ ਪਾਕਿਸਤਾਨੀ ਦੀ ਅਤੇ ਇੱਕ ਪੋਜ਼ਿਟਿਵ ਜਿਹੜੀ ਸੀ ਨਾ ਪ੍ਰੈਜੈਂਸ ਉੱਥੇ ਮਿਲੀ, ਅਤੇ ਉਹਨਾਂ ਨੇ ਬੜਾ ਇੱਕ ਜਿਹੜਾ ਨਾ ਆਪਣਾ ਪੋਜ਼ਿਟਿਵ ਉਹਦੇ 'ਚ ਰੋਲ ਅਦਾ ਕੀਤਾ। ਅੱਛਾ, ਅਸੀਂ ਤੁਹਾਡੀਆਂ ਕੁਛ ਮੈਂ ਵੀਡੀਓਜ਼ ਦੇ ਵਿੱਚ ਹੀ ਦੇਖਿਆ ਕਿ ਤੁਸੀਂ ਇੱਕ ਇੰਡੀਅਨ ਕਾਮੇਡੀਅਨ ਨੇ ਬਹੁਤ ਟੌਪ ਦੇ, ਜੋਨੀ ਲੀਵਰ, ਅਤੇ ਉਹਨਾਂ ਦੇ ਨਾਲ ਬੜੀ ਅੱਛੀ ਤੁਹਾਡੀ ਕੈਮਿਸਟਰੀ ਵੀਡੀਓਜ਼ ਦੇ ਵਿੱਚ ਵੀ ਅਸੀਂ ਦੇਖਿਆ, ਤਸਵੀਰਾਂ ਦੇ ਵਿੱਚ ਦੱਸਿਆ, ਜ਼ਰਾ ਉਹਨਾਂ ਦੇ ਬਾਰੇ 'ਚ ਦੱਸੋ। ਜੋਨੀ ਭਾਈ ਜਿਹੜੇ ਨੇ ਉਹ ਕਿਉਂਕਿ ਪਾਸਟਰ ਵੀ ਨੇ, ਅਤੇ ਮੈਂ ਵੀ ਕੁਝ ਐਵੇਂ ਕਿ ਖਿਦਮਤ ਕਰ ਰਿਹਾ, ਅਤੇ ਉਹ ਅਸੀਂ ਇੱਕ ਪ੍ਰੇਅਰ ਮੀਟਿੰਗ ਵੀ ਦੇ ਵਿੱਚ ਇਕੱਠੇ ਸਾਂ, ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਵੀ ਪਤਾ ਲੱਗਾ ਕਿ ਇਹ ਵੀ ਸ਼ੋਬਿਜ਼ ਦਾ ਹੋਵੇ, ਤਾਂ ਮੈਂ ਵੀ, ਤਾਂ ਫਿਰ ਉਹ ਕਾਫੀ ਤਾਲਮੇਲ ਸਾਡਾ ਬਣ ਗਿਆ, ਕਿਉਂਕਿ ਮੈਂਟਲ ਲੈਵਲ ਇੱਕ ਸੀ ਸ਼ੋਬਿਜ਼ ਦੇ ਵਿੱਚ ਵੀ ਇਕੱਠੇ, ਅਤੇ ਉਸ ਤੋਂ ਬਾਅਦ ਗਾਸਪਲ ਦੇ ਵਿੱਚ ਵੀ ਇਕੱਠੇ, ਅਤੇ ਉਹ ਕਾਫੀ ਉਹਨਾਂ ਨਾਲ ਪਿਆਰ ਬਣ ਗਿਆ ਸਾਡਾ। ਅੱਛਾ, ਉਹ ਤੁਹਾਡੀ ਜਿਹੜੀ ਵੀਡੀਓ ਹੈ ਨਾ ਉਹ ਯੂਟਿਊਬ 'ਤੇ ਜਿਹੜੀ ਤੁਹਾਡੇ ਸਰੋਜ ਚੈਨਲ ਦੇ ਉੱਤੇ ਪਈ ਹੈ, ਸਰੋਜ ਪ੍ਰੋਡਕਸ਼ਨਸ ਦੇ ਚੈਨਲ ਦੇ ਉੱਤੇ ਪਈ ਹੈ, ਸਰੋਜ ਸਟੂਡੀਓਜ਼,
ਅੱਛਾ ਅਤੇ ਉਹ ਮੈਂ ਦੇਖਿਆ ਕਿ ਉਸ ਵੀਡੀਓ 'ਚ ਮੈਂ ਪਹਿਲੀ ਵਾਰੀ ਦੇਖਿਆ ਕਿ ਉਹਨਾਂ ਦੀ ਇੱਕ ਡਿਫਰੈਂਟ ਜਿਹੀ ਸਿਚੁਏਸ਼ਨ ਜਿਹੜੀ ਸੀ ਨਾ ਪਰਸਨੈਲਿਟੀ ਉਹ ਸਾਡੇ ਸਾਹਮਣੇ ਆਈ। ਨੋਰਮਲੀ ਤਾਂ ਅਸੀਂ ਉਹਨੂੰ ਐਜ਼ ਆ ਕੋਮੇਡੀਅਨ ਫਿਲਮਾਂ ਦੇ ਵਿੱਚ ਦੇਖਿਆ, ਲੇਕਿਨ ਉੱਥੇ ਦੇਖਿਆ ਕਿ ਉਹ ਬੜੇ ਹੀ ਆਪਣੇ ਇਬਾਦਤ ਦੇ ਵਿੱਚ ਮਹਿਵ ਹੋ ਕੇ ਅਤੇ ਉਹਦੇ ਵਿੱਚ ਸ਼ਿਰਕਤ ਵੀ ਕਰ ਰਹੇ ਸੀ ਅਤੇ ਮੇਰੇ ਖਿਆਲ ਕੁਛ ਉਹ ਜਿਹੜੀਆਂ ਨਾ ਉਹ ਗੱਲਾਂ ਵੀ ਕਰ ਰਹੇ ਸੀ। ਅਤੇ ਉਹਨਾਂ ਦਾ ਸ਼ੋਬਿਜ਼ ਵਾਲੀ ਸਾਈਡ ਅਤੇ ਇਹ ਦੂਜੀ ਜਿਹੜੀ ਇਬਾਦਤ ਵਾਲੀ ਸਾਈਡ ਹੈ, ਇਹਦੇ ਹਵਾਲੇ ਨਾਲ ਦੱਸੋ ਕਿ ਉਹ ਕਿਵੇਂ ਇਹਨੂੰ ਮੈਨੇਜ ਕਰਦੇ ਨੇ ਅਤੇ ਕਿੰਨੇ ਇਸ ਚੀਜ਼ ਨਾਲ ਮਗਨ ਨੇ ਕਿ ਜ਼ਿਆਦਾ ਆਪਣੀ ਸ਼ੋਬਿਜ਼ ਦੀਆਂ ਉਹਨਾਂ ਦੀਆਂ ਸਰਗਰਮੀਆਂ। ਇਹ ਸੇਮ ਸਟੋਰੀ ਜਿਹੜੀ ਆ ਮੇਰੇ ਨਾਲ ਵੀ ਹੈ, ਉਹ ਹੁੰਦਾ ਹੈ ਕਿ ਇਹ ਗੋਡ ਦੀ ਮਰਜ਼ੀ ਹੈ। ਜਿੰਨੀ ਦੇਰ ਗੋਡ ਸਾਨੂੰ ਯੂਜ਼ ਕਰਦੇ ਨੇ, ਜਿਵੇਂ ਜੋਨੀ ਭਾਈ ਹੈ, ਜਿੰਨੀ ਦੇਰ ਉਹਨਾਂ ਨੇ ਗੋਡ ਦਾ ਕੰਮ ਕਰਨਾ ਉਹਨੇ ਕੋਈ ਫਿਲਮ ਨਹੀਂ ਕਰਨੀ, ਕੋਈ ਕੰਮ ਨਹੀਂ ਕਰਨਾ। ਲੇਕਿਨ ਜਦੋਂ ਉਹਨੇ ਫਿਰ ਫਿਲਮ ਕਰਨੀ ਹੈ ਉਹਨੇ ਕੋਈ ਗੋਡ ਦਾ ਕੰਮ ਨਹੀਂ ਕਰਨਾ। ਤਾਂ ਮੇਰੀ ਵੀ ਸਿਚੁਏਸ਼ਨ ਇੰਝ ਹੈ ਕਿ ਸਾਲ ਦੇ ਵਿੱਚ ਮੇ ਵੀ ਮੇਰੇ ਕੋਲ ਜੇ ਗੋਸਪਲ ਸੌਂਗ ਨੇ ਜਾਂ ਕੋਈ ਪ੍ਰੇਅਰ ਮੀਟਿੰਗਸ ਨੇ, ਅਤੇ ਡਿਪੈਂਡ ਹੈ ਕਿ ਗੋਡ ਮੈਨੂੰ ਕਿੰਨੀ ਦੇਰ ਤੱਕ ਯੂਜ਼ ਕਰਦਾ। ਜਦੋਂ ਉਹ ਟਾਈਮ ਖਤਮ ਹੋ ਜਾਂਦਾ ਫਿਰ ਮੈਂ ਸ਼ੋਬਿਜ਼ ਵੱਲ ਧਿਆਨ ਦਿੰਦਾ, ਅਤੇ ਜਦੋਂ ਸ਼ੋਬਿਜ਼ ਦਾ ਕੰਮ ਮੇਰਾ ਜਦੋਂ ਜ਼ਰੂਰਤ ਪੈ ਜਾਂਦੀ ਹੈ ਗੋਡ ਨੂੰ ਦੁਬਾਰਾ, ਤਾਂ ਸ਼ੋਬਿਜ਼ ਦਾ ਕੰਮ ਰੁਕ ਜਾਂਦਾ, ਇੱਧਰੋਂ ਸ਼ੁਰੂ ਹੋ ਜਾਂਦਾ। ਚਲੋ ਜੀ, ਬਹਰਲ ਇਹ ਬੜੀ ਗੱਲ ਹੈ ਕਿ ਇਹਨਾਂ ਨੇ ਆਪਣੇ ਪ੍ਰੋਫੈਸ਼ਨ ਨੂੰ ਵੀ ਆਪਣੇ ਸ਼ੌਕ ਨੂੰ ਵੀ ਨਾ ਰੱਖਿਆ ਹੋਇਆ ਹੈ, ਪਲੱਸ ਜਿਹੜੀ ਇਹਨਾਂ ਦੀਆਂ ਮਜ਼ਹਬੀ ਜ਼ਿੰਮੇਦਾਰੀਆਂ ਨੇ, ਜਿਹੜਾ ਇਹਨਾਂ ਦਾ ਮਜ਼ਹਬੀ ਇੱਕ ਅਕੀਦਤ ਹੈ ਜਾਂ ਜਿਹੜਾ ਉਹਦਾ ਸ਼ੌਕ ਹੈ ਨਾ, ਉਹਦੇ ਤੋਂ ਵੀ ਇਹਨਾਂ ਨੇ ਜਿਹੜੀ ਹੈ ਨਾ ਉਹ ਬਿਲਕੁਲ ਕਿਨਾਰਾਕਸ਼ੀ ਨਹੀਂ ਕੀਤੀ, ਜਾਂ ਐਸੀ ਗੱਲ ਨਹੀਂ ਕਿ ਉਹਨਾਂ ਨੂੰ ਟਾਈਮ ਨਹੀਂ ਦਿੰਦੇ। ਬਲਕਿ ਇੱਕ ਹੋਰ ਅੱਛੀ ਗੱਲ ਜਿਹੜੀ ਉਹ ਇਹ ਹੈ ਕਿ ਇਹਨਾਂ ਕੋਲ ਜਿਹੜੀਆਂ ਅਬਿਲਿਟੀਜ਼ ਨੇ, ਜਿਹੜੇ ਸਟਾਰਸ ਨੂੰ ਇਹ ਜਾਣਦੇ ਨੇ ਜਾਂ ਜਿਹੜਾ ਪ੍ਰੋਡਕਸ਼ਨ ਦਾ ਕੰਮ ਕਰਦੇ ਨੇ, ਉਹਨਾਂ ਨੇ ਆਪਣੇ ਇਸ ਕੰਮ ਨੂੰ ਜਿਹੜਾ ਨਾ ਉਹ ਇਸੇ ਖਿਦਮਤ ਵੱਲ ਇਹਨਾਂ ਨੇ ਇਸਤੇਮਾਲ ਕੀਤਾ। ਅਸੀਂ ਇਹਨਾਂ ਦੇ ਬਹੁਤ ਸਾਰੇ ਗੀਤ ਅਸੀਂ ਇਹਨਾਂ ਦੇ ਦੇਖੇ ਨੇ, ਅਤੇ ਤੁਸੀਂ ਥੋੜ੍ਹਾ ਜਿਹਾ ਨਾ ਸਾਨੂੰ ਆਪਣੇ ਇਸ ਕੰਮ ਦੇ ਮੁਤਲਕ ਵੀ ਦੱਸੋ ਕਿ ਤੁਸੀਂ ਕਿਵੇਂ ਮਤਲਬ ਪਹਿਲੇ ਤੋਂ ਹੀ ਤੁਸੀਂ ਇਹ ਕਰ ਰਹੇ ਸੀ, ਕਦੋਂ ਤੋਂ ਤੁਸੀਂ ਇਹ ਪ੍ਰੋਡਕਸ਼ਨ ਅਤੇ ਗੀਤ ਦੇ ਹਵਾਲੇ ਮੈਂ ਵੀ 2 ਸਾਲ ਪਹਿਲੇ ਪਾਸਟਰ ਅਨਵਰ ਫਜ਼ਲ ਆਇਜ਼ਿਕ ਟੀਵੀ ਨੇ ਮੈਨੂੰ ਇੱਕ ਕਾਲ ਕੀਤੀ ਪਾਕਿਸਤਾਨ ਤੋਂ, ਅਤੇ ਉਹਨਾਂ ਨੇ ਇੱਕ ਜ਼ਿੰਮੇਵਾਰੀ ਲਗਾਈ। ਸਾਡੀ ਇੱਕ ਬੜੀ ਅੱਛੀ ਸਿਸਟਰ ਨੇ ਰੀਨਾ ਡੇਵਟ, ਉਹਨਾਂ ਦਾ ਨਾਂ ਹੈ, ਉਹਨਾਂ ਦੇ ਵੀਡੀਓ ਕਰਨ ਲਈ। ਅਤੇ ਪਾਸਟਰ ਨੇ ਮੈਨੂੰ ਕਾਲ ਕੀਤੀ ਕਿ ਸਨੀ ਤੂੰ ਵੀਡੀਓ ਜ਼ਰੂਰ ਕਰ ਗਾਸਪਲ, ਕਿਉਂਕਿ ਉਹਨੂੰ ਅਸੀਂ ਹੈਲਪ ਕਰਨਾ ਚਾਹੁੰਦੇ ਹਾਂ। ਅਤੇ ਇਹਨਾਂ ਨੇ ਮੈਨੂੰ ਦੱਸਿਆ, ਅਤੇ ਫਿਰ ਅਸੀਂ ਉੱਥੋਂ ਆਗਾਜ਼ ਕੀਤਾ ਸੀ। ਫਿਰ ਉਹ ਕਹਿੰਦੇ ਨੇ ਨਾ ਇੱਕ ਬੀਜ ਆਇਜ਼ਿਕ ਟੀਵੀ ਨੇ ਅਮੈਰੀਕਾ 'ਚ ਬੋਇਆ ਸੀ, ਅਤੇ ਉਹ ਹੁਣ ਗਰੋਅ ਇੰਨਾ ਹੋ ਗਿਆ ਕਿ ਦਰਖਤ ਦੀ ਸ਼ਕਲ 'ਚ ਆ ਗਿਆ, ਹੁਣ ਇੰਨਾ ਗਾਸਪਲ ਦਾ ਕੰਮ ਜਿਹੜਾ ਆਇਜ਼ਿਕ ਟੀਵੀ ਉੱਥੇ ਕਰ ਰਿਹਾ। ਅੱਛਾ ਜੀ, ਬੜੀ ਅੱਛੀ ਗੱਲ ਹੈ। ਅੱਛਾ, ਤੁਸੀਂ ਸਿਰਫ ਆਇਜ਼ਿਕ ਟੀਵੀ ਦੇ ਹਵਾਲੇ ਨਾਲ ਜਾਂ ਰੈਫਰੈਂਸ ਨਾਲ ਹੀ ਕੰਮ ਕਰਦੇ ਹੋ, ਜਾਂ ਕੋਈ ਹੋਰ ਬੰਦਾ ਅਗਰ ਚਾਹੁੰਦਾ ਕੋਈ ਗੀਤ ਰਿਕਾਰਡ ਕਰਨਾ ਜਾਂ ਸੌਂਗ ਤਾਂ ਤੁਸੀਂ ਕਰੋਗੇ? ਬਿਲਕੁਲ ਸਰ, ਦੇਖੋ ਆਇਜ਼ਿਕ ਟੀਵੀ ਸਭ ਲਈ ਓਪਨ ਹੈ। ਸਾਨੂੰ ਇਹ ਨਹੀਂ ਪ੍ਰੋਬਲਮ ਕਿ ਉਹ ABC ਟੀਵੀ ਦੇ ਲੋਕ ਨੇ ਜਾਂ ਜਿਹਦੇ ਵੀ ਨੇ, ਅਸੀਂ ਕਰਨਾ ਗੋਡ ਦਾ ਕੰਮ। ਅਤੇ ਕਿਸੇ ਨੂੰ ਵੀ ਕੋਈ ਜੇ ਅਸੀਂ ਵੇਖਦੇ ਉਹਨੂੰ ਸਪੋਰਟ ਕਰਨੀ ਹੈ, ਤਾਂ ਬੰਦਾ ਵੀ ਜੇ ਉਹ ਜੈਨੂਇਨ ਹੈ ਤਾਂ ਸਾਨੂੰ ਇਹ ਪਰਵਾਹ ਨਹੀਂ ਹੈ ਕਿ ਆਇਜ਼ਿਕ ਟੀਵੀ ਦੇ ਨਾਲ ਰਿਲੇਟਿਡ ਹੈ ਜਾਂ ਨਹੀਂ, ਵੀ ਸਪੋਰਟ ਦੈਮ। ਬੜੀ ਅੱਛੀ ਗੱਲ ਹੈ। ਅੱਛਾ, ਇੱਕ ਹੋਰ ਹਰ ਬੰਦੇ ਦਾ ਇੱਕ ਖਾਬ ਹੁੰਦਾ ਹੈ, ਬਾਜ਼ ਦਫ਼ਾ ਕੁਛ ਲੋਕ ਉਹਨੂੰ ਸ਼ੇਅਰ ਕਰਦੇ ਨੇ, ਕੁਛ ਨਹੀਂ ਕਰਦੇ। ਲੋਕ ਕਹਿੰਦੇ ਨੇ ਜੀ ਇੱਕ ਪਹਿਲੀ ਸੀੜੀ ਹੁੰਦੀ ਹੈ। ਤੁਸੀਂ ਕੀ ਸੋਚਦੇ ਹੋ ਕਿ ਆਇੰਦਾ ਆਉਣ ਵਾਲੇ 5 ਸਾਲਾਂ ਦੇ ਵਿੱਚ ਜਾਂ 10 ਸਾਲਾਂ ਦੇ ਵਿੱਚ ਤੁਸੀਂ ਕੀ ਕੋਈ ਪਲਾਨ ਬਣਾਇਆ ਹੋਇਆ, ਅਗਰ ਤੁਸੀਂ ਸਾਡੇ ਸ਼ੇਅਰ ਕਰੋ ਕੀ ਕਰਨਾ ਚਾਹੁੰਦੇ ਹੋ? ਸਰ, ਜੇ ਤਾਂ ਤੁਸੀਂ ਸ਼ੋਬਿਜ਼ ਦੀ ਗੱਲ ਕਰੋ ਤਾਂ ਐਵਰੀ ਨਿਊ ਸਟੈਪ ਇਜ਼ 0। ਇੱਕ ਵੱਡੇ ਸ਼ੋਅ ਤੋਂ ਬਾਅਦ ਤੁਸੀਂ ਫਿਰ 0। ਉਹ ਇਸ ਲਈ ਕਿ ਤੁਹਾਨੂੰ ਇੱਕ ਨਵਾਂ ਐਕਸਪੀਰੀਅੰਸ, ਨਵੇਂ ਲੋਕ, ਹਰ ਮੋੜ 'ਤੇ ਤੁਹਾਨੂੰ ਨਵੀਂ ਤੋਂ ਨਵੀਂ ਚੀਜ਼ ਨੂੰ ਅਤੇ ਸਿਚੁਏਸ਼ਨ ਨੂੰ ਹੈਂਡਲ ਕਰਨਾ ਪੈਂਦਾ। ਅਤੇ ਪਲੈਨਿੰਗ ਇਹ ਹੀ ਹੈ ਕਿ ਕੀਪ ਡੂਇੰਗ ਗੁੱਡ ਵਰਕ, ਅਤੇ ਵੇਖਾਂਗੇ ਫਿਰ ਕੀ ਹੁੰਦਾ ਅੱਗੇ। ਅਤੇ ਗੋਸਪਲ ਦੇ ਹਵਾਲੇ ਨਾਲ ਕੀ ਕਰਨਾ? ਸਰ, ਗੋਸਪਲ ਦਾ ਤਾਂ ਮੈਂ ਇਹੀ ਕਹਾਂਗਾ ਕਿ ਉਹ ਗੋਡ ਦੇ ਪਲੈਨ ਨੇ, ਉਹਦੇ ਲਈ ਮੈਂ ਕੋਈ ਪਲੈਨ ਕਰਦਾ ਹੀ ਨਹੀਂ। ਉਹ ਜਿੱਥੇ ਉਹਨੇ ਮੈਨੂੰ ਯੂਜ਼ ਕਰਨਾ ਉਹ ਹੀ ਕਰੇਗਾ। ਕਿਤੇ ਇੱਕ ਟਾਈਮ ਐਸਾ ਆ ਗਿਆ ਕਿ ਤੁਹਾਨੂੰ ਦੋਵੇਂ ਕੰਮ ਇਕੱਠੇ ਹੀ ਮਿਲੇ? ਅਤੇ ਗਾਰਡ ਕਰਾਂਗਾ ਮੈਂ ਗਾਰਡ ਦਾ ਪ੍ਰੈਫਰ ਕਰਾਂਗਾ ਜੀ। ਇਹ ਵਾਇਰਲ ਬੜੀ ਅੱਛੀ ਗੱਲ ਹੈ। ਇਹ ਅਸੀਂ ਵਾਕਈ ਦੇਖਿਆ, ਅਗਰ ਹਰ ਬੰਦਾ ਲੱਗਦਾ ਇਹੀ ਹੈ ਕਿ ਅਗਰ ਕੋਸ਼ਿਸ਼ ਕਰੇ ਆਪਣੇ ਬਿਜ਼ਨਸ ਦੇ ਹਵਾਲੇ ਨਾਲ ਜਾਂ ਪ੍ਰੋਫੈਸ਼ਨਲ ਜਿਹੜੀ ਜ਼ਿੰਦਗੀ ਹੈ, ਅਤੇ ਉੱਥੇ ਫਿਰ ਬੰਦਾ ਉੱਧਰ ਵੱਧਦਾ ਹੈ। ਲੇਕਿਨ ਅਸੀਂ ਇਹਨਾਂ ਨੂੰ ਜਿੰਨਾ ਮੈਂ ਇਹਨਾਂ ਨੂੰ ਫੋਲੋ ਕੀਤਾ ਅਤੇ ਮੈਂ ਦੇਖਿਆ ਕਿ ਇਹ ਆਪਣਾ ਦੋਵੇਂ ਕੰਮ ਇਹਨਾਂ ਨੇ ਨਾਲ ਨਾਲ ਜਿਹੜੇ ਨਾ ਰੱਖੇ, ਬਲਕਿ ਇਹਨਾਂ ਦੀ ਪ੍ਰੋਡਕਸ਼ਨ ਤੋਂ ਅੰਦਾਜ਼ਾ ਲੱਗਦਾ ਕਿ ਤਕਰੀਬਨ ਇਸ ਟਾਈਮ 20 ਤੋਂ ਜ਼ਿਆਦਾ ਜਿਹੜੇ ਤੁਸੀਂ ਗੋਸਪਲ ਸੌਂਗਸ ਜਿਹੜੇ ਨੇ ਉਹ ਉਹਨਾਂ ਦੀ ਮਤਲਬ ਮੁਕੰਮਲ ਆਡੀਓ ਵੀਡੀਓ ਅਤੇ ਉਹ ਪ੍ਰੋਡਿਊਸ ਜਿਹੜੇ ਨਾ ਉਹ ਕਰ ਚੁੱਕੇ ਨੇ, ਅਤੇ ਇਹਦਾ ਮਤਲਬ ਹੈ ਕਿ ਇਹਨਾਂ ਨੇ ਬਹੁਤ ਜ਼ਿਆਦਾ ਟਾਈਮ ਜਿਹੜਾ ਨਾ ਉਹਨੂੰ ਦਿੱਤਾ। ਅੱਛਾ, ਤੁਸੀਂ ਇੱਕ ਗੱਲ ਦੱਸੋ ਕਿ ਇੱਥੇ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਆਇੰਦਾ ਆਉਣ ਵਾਲੇ ਫਿਊਚਰ ਦੇ ਵਿੱਚ, ਜਾਂ ਕੋਈ ਮੌਕਾ ਮਿਲਿਆ, ਜਾਂ ਸਿਰਫ ਤੁਹਾਡੀ ਜ਼ਿੰਦਗੀ ਹੁਣ ਉੱਧਰ ਹੀ ਸ਼ਿਫਟ ਹੋ? ਨਹੀਂ ਸਰ, ਬਿਲਕੁਲ ਜੇ ਪਾਕਿਸਤਾਨੀ ਮੈਨੂੰ ਐਕਸੈਪਟ ਕਰਨ, ਮੇਰੇ ਕੋਲੋਂ ਜੋ ਵੀ ਖਿਦਮਤ ਲੈਣਾ ਚਾਹੁੰਦਾ ਮੈਂ ਕਰਾਂਗਾ, ਕਿਉਂਕਿ ਬੇਸਿਕ ਮੈਂ ਗਿਆ ਤਾਂ ਇੱਥੋਂ ਹੀ ਹਾਂ, ਅਤੇ ਜੋ ਵੀ ਮੈਂ ਕੁਝ ਹੋਇਆ ਪਾਕਿਸਤਾਨ ਦੀ ਵਜ੍ਹਾ ਨਾਲ ਹੀ ਹਾਂ। ਚਲੋ ਜੀ, ਇਹ ਅੱਛੀ ਗੱਲ ਹੈ। ਅੱਛਾ, ਇੱਕ ਹੋਰ ਗੱਲ, ਸਾਡੇ ਅੱਜ ਕੱਲ੍ਹ ਫਿਲਮ ਇੰਡਸਟਰੀ ਦੇ ਵਿੱਚ ਅਸੀਂ ਦੇਖ ਰਹੇ ਹਾਂ
ਕਿ ਕੁਛ ਇੰਡੀਅਨ ਸਟਾਰਸ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ, ਜਿਵੇਂ ਐਕਟਰ ਇਨ ਲਾਅ, ਉਹਦੇ ਵਿੱਚ ਕੁਛ ਇੰਡੀਅਨ ਸਟਾਰਸ ਨੂੰ ਸ਼ਾਮਿਲ ਕੀਤਾ ਗਿਆ। ਅਤੇ ਕੋਈ ਐਸਾ ਵੀ ਹੋ ਸਕਦਾ ਕਿ ਅਗਰ ਕੋਈ ਬੰਦਾ ਇਸ ਟਾਈਮ ਸਾਡਾ ਪ੍ਰੋਗਰਾਮ ਅਗਰ ਦੇਖੇ ਤਾਂ ਉਹ ਕਿਸੇ ਇੰਡੀਅਨ ਸਟਾਰ ਦੇ ਨਾਲ ਉਹਨੂੰ ਕਾਸਟ ਕਰਨਾ ਚਾਹੇ ਤਾਂ ਤੁਸੀਂ ਇੱਥੇ ਪਾਕਿਸਤਾਨ 'ਚ ਬਹਿ ਕੇ ਜਾਂ ਅਮਰੀਕਾ ਤੋਂ ਹੈਲਪ ਕਰ ਸਕਦੇ ਹੋ? ਜੀ ਬਿਲਕੁਲ ਬਿਲਕੁਲ, ਕਿਸੇ ਨੂੰ ਵੀ ਕੋਈ ਸਟਾਰ, ਕੋਈ ਸਿੰਗਰ, ਕੁਛ ਵੀ ਚਾਹੀਦਾ, ਮੈਂ ਸਾਈਨ ਕਰਕੇ ਦੇ ਸਕਦਾ ਉਹਨਾਂ ਨੂੰ। ਅੱਛਾ, ਅਸੀਂ ਦੇਖਿਆ ਕਿ ਤੁਹਾਨੂੰ ਕੁਛ ਅਵਾਰਡਸ ਵੀ ਮਿਲੇ, ਸ਼ਿਲਪਾ ਸੇਠੀ ਸਾਹਿਬਾਂ ਨੇ ਤੁਹਾਨੂੰ ਕੁਛ ਅਵਾਰਡਸ ਦਿੱਤੇ, ਜ਼ਰਾ ਉਹਦੇ ਮਤਲਬ ਵੀ ਦੱਸੋ। ਜੀ ਬਿਲਕੁਲ, ਉਹ ਸ਼ਿਲਪਾ ਦਾ ਸੀ ਵੂਮਨ ਅਨਪਾਵਰਮੈਂਟ ਦਾ ਪ੍ਰੋਗਰਾਮ ਸੀ, ਅਤੇ ਉਹਦੇ ਵਿੱਚ ਮੈਂ ਫੈਸ਼ਨ ਸ਼ੋਅ ਵੀ ਕੀਤਾ ਸੀ, ਪਲੱਸ ਇੱਕ ਚੈਰਿਟੀ ਬੇਸ ਇਵੈਂਟ ਸੀ ਉਹ, ਅਤੇ ਉਹਨਾਂ ਨੂੰ ਮੈਂ ਚੈਰਿਟੀ 'ਚ ਵੀ ਕਾਫੀ ਹੈਲਪ ਕੀਤੀ ਸੀ, ਅਤੇ ਉਹਨਾਂ ਨੇ ਮੈਨੂੰ ਅਵਾਰਡ ਦਿੱਤਾ ਸੀ। ਉਸ ਤੋਂ ਪਹਿਲੇ ਇੱਕ ਹੋਰ ਇਵੈਂਟ ਸੀ, ਉਹ ਸੀ ਬੋਲੀਵੁੱਡ ਕਰਕੇ, ਮੈਨੂੰ ਨਾਂ ਵੀ ਹੁਣ ਭੁੱਲ ਗਿਆ, ਉਹਦੇ 'ਚ ਅਬੇ ਦਿਓਲ ਸਾਹਿਬ ਕੋਲ ਵੀ ਮੈਨੂੰ ਮਿਲਿਆ ਹੋਇਆ ਅਵਾਰਡ, ਅਤੇ ਅਵਾਰਡ ਤਾਂ ਕਾਫੀ ਮਿਲ ਚੁੱਕੇ ਨੇ। ਚਲੋ ਜੀ, ਬਹਰਲ ਇਹ ਬੜੀ ਇਹਨਾਂ 'ਤੇ ਜਿਹੜੀ ਇਹਨਾਂ ਬਲੈਸਿੰਗ ਖੁਦਾ ਦੀ ਕਿ ਇਹਨਾਂ ਨੂੰ ਇੱਜ਼ਤ ਮਿਲੀ। ਮੈਨੂੰ ਸਭ ਤੋਂ ਅੱਛੀ ਗੱਲ ਇਹ ਲੱਗਦੀ ਹੈ, ਅਸੀਂ ਮੈਂ ਆਪਣੇ ਬਹੁਤ ਜ਼ਿਆਦਾ ਐਸੇ ਆਰਟਿਸਟ ਦੇਖੇ, ਉਹਨਾਂ ਦੀਆਂ ਤਸਵੀਰਾਂ ਵਗੈਰਾ ਜਾਂ ਉਹਨਾਂ ਦੇ ਕੰਮ ਤੋਂ ਅੰਦਾਜ਼ਾ ਲਾਇਆ ਕਿ ਉਹ ਨਾ ਬਸ ਜਿਵੇਂ ਕਹਿ ਲਓ ਕਿ ਇੱਕ ਦੂਸਰਾ ਬੰਦਾ ਕੋਈ ਮਿਹਰਬਾਨੀ ਕਰ ਰਿਹਾ ਹੁੰਦਾ ਕਿ ਉਹਨਾਂ ਨੇ ਉਹਨੂੰ ਨਾ ਰੱਖ ਲਿਆ। ਲੇਕਿਨ ਮੈਂ ਇਹਨਾਂ ਦੀਆਂ ਜਿਹੜੀਆਂ ਤਸਵੀਰਾਂ ਦੇਖੀਆਂ ਉਹਦੇ ਤੋਂ ਜਾਂ ਜਿਹੜੀ ਇਹਨਾਂ ਦੀਆਂ ਵੀਡੀਓਜ਼ ਵਗੈਰਾ ਦੇਖੀਆਂ ਉਹਦੇ ਤੋਂ ਇਹ ਅੰਦਾਜ਼ਾ ਹੁੰਦਾ ਸੀ, ਬਲਕਿ ਯਕੀਨਨ ਇੰਝ ਹੋਏਗਾ ਕਿ ਇਹਨਾਂ ਦੀ ਕੈਮਿਸਟਰੀ ਉਹਨਾਂ ਦੇ ਨਾਲ ਬੜੀ ਅੱਛੀ ਤਰੀਕੇ ਨਾਲ, ਅਗਰ ਸਲਮਾਨ ਖਾਨ ਨੇ ਤਾਂ ਬੜੇ ਅੱਛੇ ਹੈਪੀ ਮੂਡ ਦੇ ਵਿੱਚ ਉਹਨਾਂ ਦੇ ਨਾਲ ਨੇ, ਸ਼ਿਲਪਾ ਸੇਠੀ, ਜੌਨੀ ਲੀਵਰ ਜਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਸਟਾਰ ਜਿਹੜੇ ਸੀ ਨਾ। ਮੀਕਾ ਸਿੰਘ ਨਾਲ ਬੜਾ ਪਿਆਰ ਹੈ ਉਹਨਾਂ ਨੇ ਵੀ, ਬਲਕਿ ਤੁਸੀਂ ਵੀਡੀਓ ਵੇਖੀ ਹੋਏਗੀ, ਉਹਨਾਂ ਨੇ ਸਪੈਸ਼ਲ ਬੋਲਿਆ ਸੀ ਲਾਹੌਰ ਲਈ, ਅਤੇ ਕਾਫੀ ਪਿਆਰ ਕਰਦੇ ਨੇ ਸਾਰੇ। ਹਾਂ, ਅਤੇ ਬਹਰਹਾਲ ਦੂਜੀ ਵੱਡੀ ਗੱਲ ਇਹ ਹੈਗੀ ਹੈ ਕਿ ਇਹ ਉੱਥੇ ਜਾ ਕੇ ਇਹਨਾਂ ਨੇ ਆਪਣੀ ਕੋਈ ਵੀ ਆਈਡੈਂਟੀ ਨਹੀਂ ਛੁਪਾਈ, ਮਤਲਬ ਪਾਕਿਸਤਾਨੀ ਜਿਹੜੀ ਪਾਕਿਸਤਾਨੀ ਇਹਨਾਂ ਦੀ ਆਈਡੈਂਟੀ ਉਹਨੂੰ ਵੀ ਬੜੇ ਫਖਰ ਦੇ ਨਾਲ, ਜਿਹੜੀ ਇਹਨਾਂ ਦੀ ਮਜ਼ਹਬੀ ਸ਼ਨਾਖਤ ਉਹ ਵੀ ਬੜੇ ਫਖਰ ਦੇ ਨਾਲ, ਬਲਕਿ ਦੋਵਾਂ ਚੀਜ਼ਾਂ ਨੂੰ ਜਿਹੜਾ ਨਾ ਉਹ ਇਹ ਉੱਥੇ ਜਾ ਕੇ ਉਜਾਗਰ ਕਰ ਰਹੇ ਨੇ। ਮੇਰਾ ਖਿਆਲ ਹੈ ਉੱਥੋਂ ਦੇ ਜਿਹੜੇ ਲੋਕ, ਗੋਰੇ ਲੋਕ ਜਾਂ ਜਿਹੜੇ ਦੂਸਰੇ ਕੌਮਾਂ ਦੇ ਲੋਕ ਨੇ, ਉਹ ਵੀ ਦੇਖ ਕੇ ਅਤੇ ਇਸ ਗੱਲ ਤੋਂ ਜਿਹੜਾ ਇੱਕ ਪਾਕਿਸਤਾਨ ਦਾ ਇੱਕ ਇਮੇਜ ਬਾਹਰ ਦੀ ਦੁਨੀਆ 'ਤੇ ਬਣਿਆ ਹੋਇਆ ਕਿ ਯਾਰ ਇੱਥੇ ਬਸ ਸਿਰਫ ਗੁੱਸੇ ਵਾਲੇ ਅਤੇ ਲੜਨ ਮਰਨ ਵਾਲੇ ਲੋਕ ਜਾਂ ਬਹੁਤ ਸ਼ਿੱਦਤ ਕਿਸਮ ਦੇ ਜਿਹੜੇ ਮਜ਼ਹਬੀ ਲੋਕ ਨੇ, ਸਿਰਫ ਉਹ ਹੀ ਨੇ। ਯਕੀਨਨ ਜਦੋਂ ਇਹਨਾਂ ਨੂੰ ਉੱਥੇ ਦੇਖਦੇ ਹੋਣਗੇ ਕਿ ਇਹ ਸ਼ੋਅ ਔਰਗਨਾਈਜ਼ ਕਰ ਰਹੇ ਨੇ, ਉੱਥੋਂ ਦੇ ਸਟਾਰਸ ਦੇ ਨਾਲ ਡਿਫਰੈਂਟ ਮੀਟਿੰਗਸ ਕਰ ਰਹੇ ਨੇ, ਉਹਨਾਂ ਨੂੰ ਕਾਸਟ ਕਰ ਰਹੇ ਨੇ, ਉਹਨਾਂ ਦੀ ਆਡੀਸ਼ਨਸ ਲੈ ਰਹੇ ਹੋਣਗੇ, ਅਤੇ ਇੱਕ ਪਾਕਿਸਤਾਨ ਦਾ ਨਾ ਇੱਕ ਪੋਜ਼ਿਟਿਵ ਅਤੇ ਇੱਕ ਅੱਛਾ ਇਮੇਜ ਯਕੀਨਨ ਉਹਨਾਂ 'ਤੇ ਜਾਂਦਾ ਹੋਏਗਾ ਕਿ ਯਾਰ ਸਾਰੇ ਪਾਕਿਸਤਾਨ 'ਚ ਐਸੇ ਲੋਕ ਨਹੀਂ ਹੈ ਜਿਹੜੇ ਕਿ ਸ਼ਿੱਦਤ ਪਸੰਦ ਨੇ, ਬਲਕਿ ਇੱਕ ਪੋਜ਼ਿਟਿਵ ਅਤੇ ਅੱਛੇ ਔਰ ਜਿਹੜੇ ਨਾ ਪਿਆਰ ਮੁਹੱਬਤ ਕਰਨ ਵਾਲੇ ਲੋਕ ਵੀ ਜਿਹੜੇ ਨੇ ਨਾ ਉਹ ਯਕੀਨਨ ਹੈ ਨੇ, ਬਲਕਿ ਜ਼ਿਆਦਾ ਪਿਆਰ ਮੁਹੱਬਤ ਕਰਨ ਵਾਲੇ ਲੋਕ ਨੇ, ਬਸ ਇੱਕ ਇਮੇਜ ਥੋੜ੍ਹਾ ਜਿਹਾ ਇੰਜ ਦਾ ਹੋ ਗਿਆ ਕਿ ਉਹ ਪਾਕਿਸਤਾਨੀਆਂ ਨੂੰ ਥੋੜ੍ਹਾ ਜਿਹਾ। ਦੇਖੋ, ਹੁਣ ਅਸੀਂ ਉੱਥੇ ਜਿਹੜੇ ਸ਼ੋਅ ਕਰਨੇ ਆ, ਪਹਿਲੇ ਇੱਕ ਦੌਰ ਸੀ ਕਿ ਗੋਰੇ ਜਿਹੜੇ ਸਨ ਉਹ ਗੋਰਿਆਂ ਦਾ ਹੀ ਕੰਮ ਹੀ ਕਰਦੇ ਸਨ, ਠੀਕ ਹੈ। ਹੁਣ ਐਸਾ ਸਿਸਟਮ ਕੀਤਾ ਸੀ ਕਿ ਅਮੈਰੀਕਨ ਸ਼ੋਅਸ ਦੇ ਵਿੱਚ ਦੇਸੀ ਡਿਜ਼ਾਈਨਰਸ ਨੂੰ ਅਸੀਂ ਭੇਜ ਦਿੰਦੇ ਹਾਂ, ਅਤੇ ਫਿਰ ਗੋਰੇ ਗੋਰੀਆਂ ਦੇਸੀ ਪਾਕਿਸਤਾਨੀ ਕੱਪੜੇ ਪਾ ਕੇ ਜਦੋਂ ਚੱਲਦੀਆਂ ਨੇ ਮੀਡੀਆ ਦੇ ਸਾਹਮਣੇ ਜਦੋਂ ਆਉਂਦਾ, ਤਾਂ ਸਾਡਾ ਕਲਚਰ, ਸਾਡੀ ਕੰਟਰੀ ਪ੍ਰਮੋਟ ਹੁੰਦੀ ਉਹਦੇ ਨਾਲ, ਬੜੀ ਜ਼ਬਰਦਸਤ। ਅੱਛਾ, ਇੱਕ ਹੋਰ, ਕਦੀ ਪਾਕਿਸਤਾਨ ਹੋਣ ਦੀ ਵਜ੍ਹਾ ਤੋਂ, ਪਾਕਿਸਤਾਨੀ ਹੋਣ ਦੀ ਵਜ੍ਹਾ ਤੋਂ ਅਸੀਂ ਪਹਿਲੇ ਵਾਕਿਆਤ ਸੁਣੇ, ਪਤਾ ਨਹੀਂ ਅਸੀਂ ਖਬਰਾਂ 'ਚ ਦੇਖਿਆ, ਹਕੀਕਤ ਦਾ ਤਾਂ ਨਹੀਂ ਪਤਾ ਕਿ ਲੋਕਾਂ ਨੇ ਮਤਲਬ ਪਾਕਿਸਤਾਨੀ ਉਸ ਕਿਸਮ ਦੇ ਕੱਪੜੇ ਹੋਣ ਦੀ ਵਜ੍ਹਾ ਤੋਂ ਜ਼ਰਾ ਉਹਨਾਂ ਨੇ ਨਾ ਲੋਕਾਂ ਨੇ ਤਾਸੁਬ ਥੋੜ੍ਹਾ ਜਿਹਾ ਸ਼ੋਅ ਕੀਤਾ। ਤੁਹਾਡੇ ਨਾਲ ਤਾਂ ਕਦੀ ਕੋਈ ਜਿਹਦਾ ਵਾਕਿਆ ਨਹੀਂ ਹੋਇਆ ਕਿ ਪਾਕਿਸਤਾਨੀ ਹੋਣ ਦੀ ਵਜ੍ਹਾ ਤੋਂ ਕਿਸੇ ਨੇ ਕਿਹਾ ਹੋਵੇ ਕਿ ਨਹੀਂ ਯਾਰ ਇਹਦੇ 'ਚ ਟੈਲੈਂਟ ਨਹੀਂ ਹੈਗਾ ਜਾਂ ਇਹ ਬੰਦਾ ਠੀਕ ਨਹੀਂ ਹੈਗਾ? ਮੈਂ ਕਹਿੰਦਾ ਤੁਹਾਨੂੰ ਕਦੀ ਮੌਕਾ ਮਿਲੇ ਤੁਸੀਂ ਨਿਊਯਾਰਕ ਆ ਕੇ ਦੇਖੋ, ਤੁਹਾਨੂੰ ਲੱਗੇਗਾ ਤੁਸੀਂ ਪਾਕਿਸਤਾਨ 'ਚ ਫਿਰ ਰਹੇ ਹੋ। ਉੱਥੇ ਤੁਹਾਨੂੰ ਗੰਨੇ ਵਾਲੀ ਰੇਹੜੀ ਵੀ ਮਿਲੇਗੀ, ਉੱਥੇ ਤੁਹਾਨੂੰ ਚਾਚਾ ਬਾਹਰ ਕੱਪੜੇ ਵੀ ਸੁੱਕਣੇ ਪਾ ਕੇ ਬੈਠਾ ਹੋਏਗਾ, ਅਤੇ ਉੱਥੇ ਅਸੀਂ ਕੋਈ ਪ੍ਰੋਬਲਮ ਨਹੀਂ, ਸਾਡੀ ਜਿਹੜੀ ਕੋਈ ਮਾਈਆਂ ਨੇ ਉਹ ਜਨਾਬ ਉਹ ਹੀ ਸ਼ਲਵਾਰਾਂ ਕਮੀਜ਼ਾਂ 'ਚ ਫਿਰ ਰਹੀਆਂ ਨੇ, ਅਤੇ ਐਸਾ ਕੋਈ ਚੱਕਰ ਨਹੀਂ। ਬਲਕਿ ਲੋਕਾਂ ਦਾ ਜਿਹੜਾ ਕਾਨਸੈਪਟ ਹੈ ਅਮੈਰੀਕਾ ਦੇ ਬਾਰੇ 'ਚ ਉਹ ਗਲਤ ਹੈ। ਤੁਸੀਂ ਇਹ ਦੇਖੋ ਕਿ ਕਿੰਨੇ ਪਾਕਿਸਤਾਨੀ ਉੱਥੇ ਰਹਿੰਦੇ ਨੇ ਜਿਨ੍ਹਾਂ ਦੇ ਆਪਣੇ ਬਿਜ਼ਨਸ ਨੇ, ਠੀਕ ਹੈ, ਬੱਚੇ ਸਾਜਰੇ ਜਾਂਦੇ ਨੇ, ਪੜ੍ਹ ਲਿਖ ਕੇ ਡਾਕਟਰ ਬਣ ਜਾਂਦੇ ਨੇ, ਦੁਨੀਆ ਦੀ ਹਰ ਸਹੂਲਤ ਹੈ ਉਹਨਾਂ ਨੂੰ ਉੱਥੇ, ਠੀਕ ਹੈ, ਫਿਰ ਉਹਨਾਂ ਦੇ ਅੱਗੇ ਬੱਚੇ, ਤਾਂ ਫੈਮਿਲੀ 'ਚ ਉੱਥੇ ਬਹੁਤ ਈਜ਼ੀ ਲਾਈਫ ਗੁਜ਼ਾਰ ਰਹੇ ਨੇ। ਤੁਸੀਂ ਕਿਸੇ ਉੱਥੇ ਦੇ ਪਾਕਿਸਤਾਨੀ ਨੂੰ ਵੇਖੋ ਅਤੇ ਉਹ ਤੁਹਾਨੂੰ ਦੱਸਣਗੇ ਕਿ ਵਾਕਈ ਸਾਡੀ ਕੀ ਲਾਈਫ ਹੈ ਇੱਥੇ। ਤੁਸੀਂ, ਮੈਂ ਆਪਣੀ ਕੰਟਰੀ ਨੂੰ ਬੁਰਾ ਨਹੀਂ ਕਹਿੰਦਾ, ਇੱਕ ਵਸਾਇਲ ਸਾਡੇ ਐਸੇ ਨਹੀਂ ਨਾ, ਕੰਟਰੀ ਸਾਡੀ ਵੀ ਬੈਸਟ ਹੈ, ਲੇਕਿਨ ਅਸੀਂ ਉਸ ਲੈਵਲ 'ਤੇ ਹਲੇ ਨਹੀਂ ਹੈ, ਸਾਡੇ ਕੋਲ ਉਸ ਵਸਾਇਲ ਨਹੀਂ ਹੈ। ਜੇ ਹੋਣ ਤਾਂ ਸਾਡੀ ਕੰਟਰੀ 'ਚ ਹੀ ਕੋਈ ਕੰਟਰੀ ਨਹੀਂ ਹੈ, ਤਾਂ ਮੈਂ ਆਪਣੀ ਕੰਟਰੀ ਨੂੰ ਕਦੀ ਨਹੀਂ ਕਹਾਂਗਾ ਕਿ ਸਿਰਫ ਸਾਡੇ ਕੋਲ ਵਸਾਇਲ ਥੋੜ੍ਹੇ ਘੱਟ ਨੇ, ਅਤੇ ਬਾਕੀ ਜਿਹੜੇ ਪਾਕਿਸਤਾਨੀ ਅਮੈਰੀਕਾ 'ਚ ਰਹੇ ਨੇ ਬੜੇ ਬਲੈਸ ਨੇ, ਬੜੇ ਖੁਸ਼ ਨੇ, ਉਹ ਕਿਸੇ ਵੀ ਮਜ਼ਹਬ ਦੇ ਨੇ, ਉਹ ਕਿਸੇ ਵੀ ਕਲਚਰ ਦੇ ਨੇ, ਦੇ ਆਰ ਹੈਪੀ। ਬੜੀ ਇਹ ਅੱਛੀ ਇਹ ਵੀ ਇੱਕ ਗੱਲ ਹੈ।
ਅੱਛਾ, ਇੱਕ ਤੁਸੀਂ ਉੱਥੋਂ ਦੀ ਇੰਡਸਟਰੀ ਦੇ ਵਿੱਚ ਕੰਮ ਕੀਤਾ ਅਤੇ ਉੱਥੇ ਮਤਲਬ ਬਾਹਰ ਅਮਰੀਕਾ ਜਾਣ ਤੋਂ ਪਹਿਲੇ ਪਾਕਿਸਤਾਨ 'ਚ ਵੀ ਕੰਮ ਕਰਦੇ ਰਹੇ, ਤੁਸੀਂ ਇਸ ਹਵਾਲੇ ਨਾਲ ਕੀ ਫਰਕ ਦੇਖਿਆ ਕਿ ਉੱਥੇ ਦੇ ਇੰਡਸਟਰੀ ਦੇ ਲੋਕ ਕਿਵੇਂ ਕੰਮ ਕਰਦੇ ਨੇ ਅਤੇ ਸਾਡੇ ਕਿਵੇਂ ਕੰਮ ਕਰਦੇ ਨੇ? ਸਾਡੇ ਥੋੜ੍ਹੇ ਜਿਹੇ ਅਨਔਰਗਨਾਈਜ਼ ਨੇ, ਉਹਦੀ ਵਜ੍ਹਾ ਹੈ ਕਿ ਉੱਥੇ ਜੇ ਮੈਂ 10 ਵਜੇ ਦਾ ਟਾਈਮ ਦਿੱਤਾ ਮਾਡਲਸ ਨੂੰ, ਉਹ ਟੋਪ ਮਾਡਲ ਵੀ ਇਹ 10 ਵਜੇ ਆ ਕੇ ਉਹਨਾਂ ਨੇ ਲਾਈਨ 'ਚ ਲੱਗ ਜਾਣਾ। ਉੱਥੇ ਆਹ ਪ੍ਰੋਬਲਮ ਨਹੀਂ ਕਿ ਮੈਂ ਆਡੀਸ਼ਨ 'ਤੇ ਨਹੀਂ ਆਉਣਾ, ਉਹ ਜਿੰਨਾ ਮਰਜ਼ੀ ਵੱਡਾ ਸਟਾਰ ਹੈ, ਤੁਸੀਂ ਜਿੰਨੀ ਵੱਡੀ ਫਿਲਮਾਂ ਵੀ ਦੇਖਦੇ ਹੋ ਨਾ, ਇਹਨਾਂ ਦੇ ਸਟਾਰ ਵੀ ਜਾ ਕੇ ਆਡੀਸ਼ਨ ਦਿੰਦੇ ਨੇ। ਅਤੇ ਸਾਡੇ ਇੱਥੇ ਮੈਂ ਕਿਸੇ ਇੱਕ ਨੂੰ ਕਹਾਂ ਕਿ ਆਡੀਸ਼ਨ ਪੈਣਾ, ਉਹਨਾਂ ਨੇ 10 ਗੱਲਾਂ ਕਰਨੀਆਂ, ਲਓ ਮੈਂ ਤਾਂ ਇਹ ਕੀਤਾ ਵਾ, ਉਹ ਕੀਤਾ। ਅਤੇ ਮੇਰਾ ਖਿਆਲ ਹੈ ਕਿ ਟੈਲੈਂਟ ਉਹੀ ਹੈ ਜਿਹੜਾ ਤੁਸੀਂ ਕਰਕੇ ਦਿਖਾਓ ਤਾਂ ਟੈਲੈਂਟ ਸ਼ੋਅ ਹੋਏ। ਬਿਲਕੁਲ ਜੀ, ਬੜੀ ਅੱਛੀ ਗੱਲ ਕੀਤੀ ਹੈ। ਅੱਛਾ, ਮੈਂ ਤਾਂ ਫਿਰ ਇੱਕ ਦਫ਼ਾ ਦੁਬਾਰਾ ਕਹਾਂਗਾ ਕਿ ਸਾਨੂੰ ਜਿਹੜੀ ਹੈ ਨਾ, ਬੜੀ ਅੱਛੀ ਓਪਰਚੁਨਿਟੀ ਮਿਲੀ ਹੈ ਕਿ ਸਾਡਾ ਹੀ ਇੱਕ ਭਾਈ ਪਾਕਿਸਤਾਨੀ ਇਹ ਉੱਥੇ ਅਮਰੀਕਾ ਦੇ ਵਿੱਚ ਮੌਜੂਦ ਹੈ, ਇਹ ਉੱਥੇ ਐਜ਼ ਆ ਕਾਸਟਿੰਗ ਡਾਇਰੈਕਟਰ ਕੰਮ ਕਰ ਰਹੇ ਨੇ, ਇਹਨਾਂ ਦੇ ਬਹੁਤ ਜ਼ਿਆਦਾ ਲਿੰਕਸ ਨੇ, ਅਤੇ ਸਾਡੀ ਇੰਡਸਟਰੀ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਤੋਂ ਜਿਹੜਾ ਨਾ ਉਹ ਫਾਇਦਾ ਉਠਾਉਣ, ਔਰ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਨਾ ਅਸੀਂ ਆਪਣੀ ਪਾਕਿਸਤਾਨੀ ਕਲਚਰ, ਜਿਵੇਂ ਉਹਨਾਂ ਨੇ ਅੱਗੇ ਦੱਸਿਆ ਜਿਹੜੇ ਡਿਜ਼ਾਈਨਰਸ ਨੇ ਇਹਨਾਂ ਨੂੰ ਉੱਥੇ, ਇਹਨਾਂ ਨੇ ਉੱਥੇ ਅਮਰੀਕਾ ਦੇ ਵਿੱਚ ਪ੍ਰਮੋਟ ਕੀਤਾ, ਅਤੇ ਅਸੀਂ ਆਪਣੇ ਇਸ ਭਾਈ ਨੂੰ ਵੀ ਅਜੇ ਨਾ ਸਨੀ ਮਸੀਹ ਗਿੱਲ ਸਾਹਿਬ ਜਿਹੜੇ ਨੇ, ਸਨੀ ਗਿੱਲ ਮਸੀਹ ਸਾਹਿਬ, ਅਤੇ ਅਸੀਂ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਨਾ ਪ੍ਰਮੋਟ ਕਰੀਏ। ਉਹ ਤਾਂ ਵੈਸੇ ਦੇਖੋ ਇਹਨਾਂ ਨੂੰ ਜ਼ਰੂਰਤ ਨਹੀਂ ਹੈ, ਆਪਣਾ ਇਹ ਕੰਮ ਕਰ ਰਹੇ ਨੇ ਅਤੇ ਆਟੋਮੈਟਿਕਲੀ ਇਹਨਾਂ ਨੂੰ ਰਿਸਪੈਕਟ ਵੀ ਮਿਲ ਰਹੀ ਹੈ। ਲੇਕਿਨ ਫਿਰ ਵੀ ਮੈਂ ਚਾਹੁੰਦਾ ਵਾਂ ਕਿ ਅਸੀਂ ਇਹਨਾਂ ਤੋਂ ਨਾ ਫਾਇਦਾ ਚੁੱਕ ਲਈਏ, ਜਿਹੜਾ ਅਸੀਂ ਜਿਹੜਾ ਚੁੱਕ ਸਕਦੇ ਹਾਂ, ਕਿਉਂਕਿ ਇਹ ਪੈਨੀਟ੍ਰੇਟ ਕਰ ਗਏ ਨੇ ਇੱਕਦਮ ਨਾ ਸਾਰੇ ਹੀ ਜਿਹੜੇ ਬੜੇ ਬੜੇ ਵੱਡੇ ਮੈਂ ਦੇਖਿਆ ਸਟਾਰਸ ਨੇ, ਉਹਨਾਂ ਦੇ ਨਾਲ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਕੰਮ ਕੀਤਾ। ਅਤੇ ਬਾਦਲ ਜੀ, ਤੁਹਾਡਾ ਬਹੁਤ ਸ਼ੁਕਰੀਆ। ਕੋਈ ਤੁਸੀਂ ਅਗਰ ਗੱਲ ਕਰਨਾ ਚਾਹੋ ਸਾਡੇ ਵਿਊਅਰਸ ਵਾਸਤੇ, ਛੋਟਾ ਜਿਹਾ ਸਾਡਾ ਯੂਟਿਊਬ 'ਤੇ ਚੈਨਲ ਹੈ, ਅਤੇ ਚੈਨਲ ਛੋਟਾ ਜਾਂ ਵੱਡਾ, ਲੇਕਿਨ ਗੱਲ ਹੈ ਕਿ ਤੁਸੀਂ ਜੋ ਕੰਮ ਕਰ ਰਹੇ ਹੋ, ਕੀਪ ਡੂਇੰਗ ਇਟ, ਯੂ ਵਿਲ ਬਲੈਸ ਐਂਡ ਯੂ ਡੂਇੰਗ ਅਦਰ ਪੀਪਲ ਬਲੈਸ। ਗਾਡ ਬਲੈਸ ਯੂ। ਥੈਂਕ ਯੂ ਵੈਰੀ ਮੱਚ ਜੀ। ਅਸਲਾਮੁਅਲੈਕੁਮ।